ਚਾਹ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਗਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਦੀਜੈ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰੀਆਂ। ਆ ਜ਼ਮੀਨ ਦੇਖ ਰਹੇ ਹੋ ਧੁੱਪ ਚੱਲ ਧੁੱਪ ਦੇ ਵਿੱਚ ਵੀ ਇਹ ਜ਼ਮੀਨ ਇੰਨੀ ਕੁ ਠੰਡੀ ਹੈ ਕਿ ਉਹ ਪੋਹ ਦੀਆਂ ਰਾਤਾਂ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਨੇ ਕਿਵੇਂ ਬਤਾਈਆਂ ਹੋਣਗੀਆਂ। ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਇਲਮ ਨੂੰ ਕਬੂਲ ਨਾ ਕਰਨ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹਾਦਤਾਂ ਦਾ ਜਾਮ ਪੀਣਾ ਪਿਆ, ਦੀਵਾਰ ਦੇ ਵਿੱਚ ਚਿਣ ਦਿੱਤਾ ਗਿਆ। ਕੁਰਬਾਣੀ ਕੀ ਹੁੰਦੀ ਹੈ ਸਾਹਿਬਜ਼ਾਦਿਆਂ ਤੋਂ ਪੁੱਛੋ, ਬਲੀਦਾਨ ਕੀ ਹੁੰਦਾ ਹੈ ਮਾਤਾ ਗੁੱਜਰ ਜੀ ਤੋਂ ਪੁੱਛੋ। ਚਾਹ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਗਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਦੀਜੈ। ਤਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰੀਆਂ। ਆ ਜ਼ਮੀਨ ਦੇਖ ਰਹੇ ਹੋ ਧੁੱਪ ਚੱਲ ਧੁੱਪ ਦੇ ਵਿੱਚ ਵੀ ਇਹ ਜ਼ਮੀਨ ਇੰਨੀ ਕੁ ਠੰਡੀ ਹੈ ਕਿ ਸੰਗਤ ਇਸ ਚੀਜ਼ ਨੂੰ ਮਹਿਸੂਸ ਕਰ ਸਕਦੀ ਹੈ ਕਿ ਉਹ ਪੋਹ ਦੀਆਂ ਰਾਤਾਂ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਨੇ ਕਿਵੇਂ ਬਤਾਈਆਂ ਹੋਣਗੀਆਂ। ਬਾਬਾ ਮੋਤੀ ਰਾਮ ਮਹਿਰਾ ਜੀ ਦੇ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ, ਉਹ ਦੁੱਧ ਦੀ ਸੇਵਾ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਇਹ ਸ਼ਹਾਦਤਾਂ ਬਹੁਤ ਵੱਡੀਆਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ, ਜਿਹੜਾ ਕਿ ਕਹਿ ਲਓ ਸਰਬੰਸ ਸਪਣਾ ਪੂਰਾ, ਸਰਬੰਸ ਦਾਣੀ ਤੇਰਾ ਕੌਣ ਦਊਗਾ ਦੇਣਾ। ਤਾਂ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਸੰਗਤ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਠੰਡੇ ਬੁਰਜ ਦੇ, ਜਿੱਥੇ ਕਿ ਮਾਤਾ ਗੁੱਜਰੀ ਜੀ ਨੇ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੇ ਉਹ ਰਾਤਾਂ ਗੁਜ਼ਾਰੀਆਂ। ਫਿਰ ਕਚਹਿਰੀ ਦੇ ਵਿੱਚ, ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਇਲਮ ਨੂੰ ਕਬੂਲ ਨਾ ਕਰਨ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹਾਦਤਾਂ ਦਾ ਜਾਮ ਪੀਣਾ ਪਿਆ, ਦੀਵਾਰ ਦੇ ਵਿੱਚ ਚਿਣ ਦਿੱਤਾ ਗਿਆ, ਮਾਤਾ ਗੁੱਜਰ ਕੌਰ ਜੀ ਇਸ ਠੰਡੇ ਬੁਰਜ ਦੇ ਵਿੱਚ ਹੀ ਆਪਣੇ ਸਵਾਸ ਪੂਰੇ ਕਰ ਗਏ ਜਦੋਂ ਉੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਦੇ ਵਿੱਚ ਚਿਣ ਦਿੱਤਾ ਗਿਆ ਸੀ। ਦੇਖਿਆ ਜਾਵੇ ਤਾਂ ਕੁਰਬਾਣੀ ਕੀ ਹੁੰਦੀ ਹੈ ਸਾਹਿਬਜ਼ਾਦਿਆਂ ਤੋਂ ਪੁੱਛੋ, ਬਲੀਦਾਨ ਕੀ ਹੁੰਦਾ ਹੈ ਮਾਤਾ ਗੁੱਜਰ ਜੀ ਤੋਂ ਪੁੱਛੋ, ਅਤੇ ਜੇਕਰ ਦੇਖਿਆ ਜਾਵੇ ਸ਼ਹਾਦਤ ਕੀ ਹੁੰਦੀ ਹੈ ਗੁਰੂ ਤੇਗ ਬਹਾਦਰ ਜੀ ਤੋਂ ਪੁੱਛੋ, ਸਰਬੰਸ ਵਾਰਨਾ ਕਿਹਨੂੰ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਪੁੱਛੋ। ਤਾਂ ਠੰਡੇ ਬੁਰਜ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਸੰਗਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਪਹੁੰਚਦੀਆਂ ਨੇ ਤਾਂ ਜਦੋਂ ਨਤਮਸਤਕ ਹੋਣ ਲਈ ਆਉਂਦੀਆਂ ਨੇ ਮਨ ਦੇ ਵਿੱਚ ਵਿਰਾਗ ਹੁੰਦਾ, ਮਨ ਦੇ ਵਿੱਚ ਇੱਕ ਸੋਗ ਹੁੰਦਾ ਕਿ ਸਾਡੇ ਸਰਬੰਸ ਦਾਣੀ ਨੇ ਸਾਡੇ ਕੌਮ ਨੂੰ ਬਚਾਉਣ ਵਾਸਤੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ। ਬੱਚਿਆਂ ਨੂੰ ਇਤਿਹਾਸ ਦੇ ਵਾਸਤੇ ਜਾਣੂ ਕਰਵਾਇਆ ਜਾਂਦਾ, ਬਹੁਤ ਵੱਡਾ ਇਤਿਹਾਸ ਹੈ ਇਸ ਧਰਤੀ ਦਾ, ਇਹ ਪਵਿੱਤਰ ਧਰਤੀ ਦਾ, ਜਿੱਥੇ ਕਿ ਠੰਡੇ ਬੁਰਜ ਦੇ ਵਿੱਚ ਵੀ ਰਾਤਾਂ ਗੁਜ਼ਾਰੀਆਂ ਸੀ। ਹੋਰ ਵੀ ਗੁਰੂ ਘਰਾਂ ਦੇ ਤੁਹਾਨੂੰ ਨਾਲ ਦੇ ਨਾਲ ਦਰਸ਼ਨ ਕਰਾਵਾਂਗੇ। ਇਹ ਠੰਡੇ ਬੁਰਜ ਦੇ ਦਰਸ਼ਨ ਜਿਹੜੇ ਤੁਹਾਨੂੰ ਕਰਵਾ ਰਹੇ ਹਾਂ, ਜਿੱਥੇ ਕੀ ਹੈ ਤੁਸੀਂ ਚਾਰ ਪਿੱਲਰ ਦੇਖ ਰਹੇ ਹੋ, ਆ ਤੁਸੀਂ ਦੇਖ ਸਕਦੇ ਹੋ, ਇਹ ਮੇਨ ਸਥਾਨ ਹੈ ਜਿਹੜਾ ਕਿ ਜਿੱਥੇ ਕਿ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰੀਆਂ। ਆਸੇ ਪਾਸੇ ਜਿਹੜੇ ਨੇ ਚਾਰ ਪਿੱਲਰ ਲੱਗੇ ਨੇ। ਪੋਹ ਦਾ ਮਹੀਨਾ, ਦਸੰਬਰ ਮਹੀਨਾ, ਜਿੱਥੇ ਠੰਡ ਵਰਦੀ ਹੈ, ਧੁੰਦ ਪੈਂਦੀ ਹੈ ਔਰ ਠੰਡੀਆਂ ਹਵਾਵਾਂ ਦੇ ਵਿੱਚ ਉੱਚੇ ਸਥਾਨ ਦੇ ਉੱਤੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਜ਼ਾਲਮ ਮੁਗਲ ਸਰਕਾਰਾਂ ਦੇ ਵੱਲੋਂ। ਇਸ ਕਰਕੇ ਰੱਖਿਆ ਜਾਂਦਾ ਹੈ ਕਿ ਉਹਨਾਂ ਨੂੰ ਜਿਹੜਾ ਠੰਡ ਦੇ ਨਾਲ ਮਹਿਸੂਸ ਹੋਵੇਗਾ ਤਾਂ ਉਹਨਾਂ ਨੂੰ ਜ਼ਬਰੀ ਜਿਹੜਾ ਹੈ ਜ਼ੁਲਮ ਔਰ ਇਲਮ ਕਬੂਲ ਕਰਨਾ ਪਏਗਾ। ਪਰ ਧੰਨ ਸਾਡੇ ਸਾਹਿਬਜ਼ਾਦੇ, ਧੰਨ ਮਾਤਾ ਗੁੱਜਰ ਕੌਰ ਜੀ ਜਿਹੜਾ ਆਪਣਾ ਧਰਮ ਪਰਿਵਰਤਨ ਨਾ ਕੀਤਾ ਔਰ
ਸ਼ਹਾਦਤ ਦਾ ਜਾਮ ਪੀ ਲਿੱਤਾ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਸਰਬੰਸ ਦਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਦੋਂ ਪਰਿਵਾਰ ਵਿਛੋੜਾ ਹੋਇਆ ਤਾਂ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵਿਛੋੜੇ ਤੋਂ ਬਾਅਦ ਜਦੋਂ ਇਸ ਸਥਾਨ 'ਤੇ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਪਹੁੰਚੇ, ਉਹ ਵੀ ਜਿਹੜਾ ਇਤਿਹਾਸ ਦੇਖਿਆ ਜਾਵੇ ਤਾਂ ਗੰਗੂ ਦੇ ਵੱਲੋਂ ਧੋਖੇ ਦੇ ਨਾਲ ਭੇਜਿਆ ਗਿਆ। ਔਰ ਉਸ ਤੋਂ ਬਾਅਦ ਇਸ ਸਥਾਨ 'ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਜਿਹੜਾ ਉਹਨਾਂ ਨੂੰ ਇੱਥੇ ਲਿਆ ਕੇ ਦੁੱਧ ਦੀ ਸੇਵਾ ਕੀਤੀ ਔਰ ਇਸ ਠੰਡੇ ਬੁਰਜ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਰੱਖਿਆ ਗਿਆ। ਰਾਤਾਂ ਗੁਜ਼ਾਰਨ ਤੋਂ ਬਾਅਦ ਕਚਹਿਰੀ, ਸੂਬੇ ਦੀ ਕਚਹਿਰੀ, ਸਰਹੰਦ ਸੂਬੇ ਦੀ ਕਚਹਿਰੀ ਦੇ ਵਿੱਚ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤਾਂ ਹੋਰ ਵੀ ਦਰਸ਼ਨ ਤੁਹਾਡੇ ਨਾਲ ਜ਼ਰੂਰ ਕਰਾਵਾਂਗੇ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜ਼ਰੂਰ ਇੱਕ ਵਾਰੀ ਲਿਖ ਦਿਓ, ਕਿਉਂਕਿ ਸੰਗਤ ਦੇ ਦਰਸ਼ਨ ਕਰਵਾ ਕੇ ਠੰਡੇ ਬੁਰਜ ਦੇ ਤੁਹਾਨੂੰ ਜਿਹੜੇ ਨੇ ਇਸ ਚੀਜ਼ ਦੇ ਦਰਸ਼ਨ ਕਰਾਏ ਨੇ। ਹੋਰ ਵੀ ਗੁਰਦੁਆਰਾ ਸਾਹਿਬ ਦੇ ਨਾਲ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਵਧੇਰੀ ਵੀਡੀਓਜ਼ ਲਈ। ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ।